ਆਓ ਸਾਨੂੰ ਹਿੰਦੁਸਤਾਨ ਦੇ ਪੰਜਾਬ ਸੂਬੇ ਵਿੱਚ ਲੈ ਕੇ ਚੱਲਦੇ ਹਾਂ, ਜਿੱਥੇ ਡਿਸਟ੍ਰਿਕਟ ਜਲੰਧਰ ਦੇ ਨਵੇਂ ਡੀਸੀ ਸਾਹਿਬ ਸਾਡੇ ਅੱਜ ਮਹਿਮਾਨ ਹੋਣਗੇ, ਸਰਦਾਰ ਜਸਪ੍ਰੀਤ ਸਿੰਘ ਜੀ। ਗੱਲਬਾਤ ਸਾਡੀ ਹੋਵੇਗੀ ਕਿ NRI ਲੋਕ ਜਿਹੜੇ ਦੁਨੀਆਂ 'ਚ ਵੱਸਦੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਸਾਨੂੰ ਤੁਸੀਂ ਵੇਖਦੇ ਹੋ, ਸੁਣਦੇ ਹੋ, ਟੋਰਾਂਟੋ, ਅਮੈਰੀਕਾ, ਜਿਸ ਵੀ ਕੰਟਰੀ ਵਿੱਚ, ਤਾਂ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਅੱਜ ਖੁਸ਼ਖਬਰੀ ਦੇਣਗੇ ਡੀਸੀ ਸਾਹਿਬ ਕਿ ਬਹੁਤ ਜਲਦੀ ਇੱਕ NRI ਹੈਲਪਲਾਈਨ ਲਾਂਚ ਕਰਨ ਜਾ ਰਹੇ ਨੇ। ਕਦੋਂ ਲਾਂਚ ਕਰਨਗੇ, ਉਹਦੇ ਫਾਇਦੇ ਕੀ ਹੋਣਗੇ, ਔਰ ਇਹ ਸਾਰੀ ਗੱਲਾਂ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕਰਾਂਗੇ, ਔਰ ਸਭ ਤੋਂ ਪਹਿਲਾਂ ਅਸੀਂ ਆਪਣੀ ਮਰਿਆਦਾ ਦੇ ਮੁਤਾਬਕ ਵੈਲਕਮ ਕਰਾਂਗੇ ਡੀਸੀ ਸਾਹਿਬ ਦਾ। ਡੀਸੀ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ ਟੂ ਸ਼ੋਅ ਜੀ, ਆਪ ਜੀ ਦਾ ਹਾਰਦਿਕ ਸਵਾਗਤ, ਕਬੂਲ ਕਰੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਵਿਦੇਸ਼ਾਂ ਦੇ ਵਾਸਤੇ ਮੇਰੇ ਸਾਰੇ ਪੰਜਾਬੀ ਭੈਣਾਂ ਨੂੰ ਤੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਥੋੜੀ ਜਾਣਕਾਰੀ, ਬਹੁਤ ਚੰਗਾ ਲੱਗ ਰਿਹਾ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਜੀ। ਥੋੜੀ ਜਾਣਕਾਰੀ ਦੇ ਦੀ ਕਿ ਇਹ ਪ੍ਰੋਗਰਾਮ ਪਿਛਲੇ 40 ਸਾਲ ਆਪਣਾ ਸਫ਼ਰ ਜਿਹੜਾ ਤੈਅ ਕਰ ਚੁੱਕਾ। 1982 ਤੋਂ ਅਸੀਂ ਨਿਰੰਤਰ ਆਪਣੇ ਰੇਡੀਓ, ਟੈਲੀਵਿਜ਼ਨ, ਹਿੰਦੁਸਤਾਨ ਪੋਸਟ ਅਖਬਾਰ ਦੇ ਜ਼ਰੀਏ ਪੰਜਾਬ ਦੀ ਖੁਸ਼ਬੂ ਜਿਹੜੀ ਹੈ ਉਹ ਦੁਨੀਆਂ ਤੱਕ ਲੈ ਕੇ ਜਾਂਦੇ ਹਾਂ, ਅਤੇ ਪੰਜਾਬ ਦੀ ਸ਼ਾਂਤੀ ਵਾਸਤੇ, ਪੰਜਾਬ ਦੀ ਏਕਤਾ ਵਾਸਤੇ ਅਸੀਂ ਹਮੇਸ਼ਾ ਹੀ ਹਿੰਦੁਸਤਾਨ ਵਾਸਤੇ ਅਰਦਾਸ ਕਰਦੇ ਹਾਂ। ਅੱਗੇ ਦਿੱਤੀ ਜਾਵੇ ਕੁਝ ਕੁ ਸਵਾਲ। ਡੀ ਸਾਹਿਬ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਾਂ ਫਿਰ ਅਸੀਂ ਦੁਨੀਆਂ ਵਿੱਚ ਹਾਲੀ ਵੀ ਕੈਨੇਡਾ ਵਿੱਚ, ਅਕਸਰ ਸਾਡੇ ਬਜ਼ੁਰਗ ਜਾਂ ਲੋਕ ਕਹਿੰਦੇ ਨੇ ਜਦੋਂ ਮਹਿਫਲ ਵਿੱਚ ਕੋਈ ਵੀ ਬੰਦਾ ਗੱਲ ਕਰਦਾ, ਯਾਰ ਤੂੰ ਡੀ ਸੀ ਲੱਗਾ ਹੋਇਆ, ਸੋ ਇਹਦਾ ਮਤਲਬ ਕਿ ਡੀ ਸੀ ਇੱਕ ਬਹੁਤ ਵੱਡਾ ਰੁਤਬਾ ਹੈ ਅਤੇ ਜਿਹਦਾ ਬੜਾ ਹੀ ਸਤਿਕਾਰ ਹੈ ਦੁਨੀਆਂ ਵਿੱਚ। ਸੋ ਤੁਸੀਂ ਆਪਣੇ ਬਚਪਨ ਦੀ ਲਾਈਫ ਅਤੇ ਡੀ ਸੀ ਤੱਕ ਪਹੁੰਚਣ ਤੱਕ ਜਿਹੜਾ ਸਫ਼ਰ ਤੈਅ ਕੀਤਾ, ਥੋੜ੍ਹਾ ਜਿਹਾ ਸਾਨੂੰ ਵੀਰਵਾ ਦਿਓ, ਸਾਨੂੰ ਚੰਗਾ ਲੱਗੇਗਾ ਆਪ ਜੀ ਦੀ ਜ਼ਿੰਦਗੀ ਬਾਰੇ ਜਾਣਕਾਰੀ ਲੈਣ। ਮੈਂ ਜੀ ਚੰਡੀਗੜ੍ਹ ਦੇ ਵਿੱਚ ਮੇਰਾ ਜਨਮ ਹੋਇਆ ਤੇ ਉੱਥੇ ਦੀ ਮੇਰੀ ਮੁੱਢਲੀ ਜਿਹੜੀ ਸਿੱਖਿਆ ਉੱਥੋਂ ਦੀ ਰਹੀ। ਉਸ ਤੋਂ ਬਾਅਦ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਮੇਰਾ ਇੱਕ ਟੀਚਾ ਬਣਿਆ ਕਿ ਮੈਂ IAS ਦੀ ਤਿਆਰੀ ਕਰ, ਤੇ ਇਸ 'ਚ ਸਿਲੈਕਟ ਹੋਇਆ। ਬਹੁਤ ਹੀ ਵੱਡਾ ਰੁਤਬਾ, ਨੋ ਡਾਊਟ। IAS ਦੇ ਪੂਰੇ ਸਫ਼ਰ ਦੇ ਵਿੱਚ ਜੇ ਇੱਕ ਸਭ ਤੋਂ ਵੱਡਾ ਕੋਈ ਮੁਕਾਮ ਮੰਨਿਆ ਜਾਂਦਾ ਤਾਂ ਉਹ ਡੀਸੀ ਹੋਣ ਦਾ ਹੁੰਦਾ, ਤੇ ਉਸ ਮੁਕਾਮ ਨੂੰ ਜਦੋਂ 4 ਚੰਨ ਲੱਗ ਜਾਂਦੇ ਨੇ ਜਦੋਂ ਉਹ ਜਲੰਧਰ ਅੱਗੇ ਸ਼ਹਿਰ ਦਾ ਹੋਵੇ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਬਹੁਤ ਸਾਰੀਆਂ ਆਸਾਂ ਨੇ ਲੋਕਾਂ ਦੀਆਂ, ਤੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਕਿ ਮੈਂ ਇਹਨਾਂ ਆਸਾਂ ਦੇ ਉੱਤੇ ਖਰਾ ਉਤਰਾਂ। ਤੁਸੀਂ ਪਹਿਲਾਂ ਵੀ ਇਸ ਜਲੰਧਰ ਦੀਆਂ, ਦੇਖਿਆ ਜਾਵੇ ਕਿ ਬਹੁਤ ਸਾਰੀ ਮੁਸ਼ਕਲ ਜਾਣਦੇ ਹੋ, ਤੁਸੀਂ ADC ਤੌਰ 'ਤੇ ਇੱਥੇ ਸੇਵਾਵਾਂ ਨੂੰ ਆ ਚੁੱਕੇ ਹੋ। DC ਇੱਕ ਰੁਤਬਾ, ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ, ਕਿ ਬਹੁਤ ਵੱਡਾ ਅਤੇ ਬਹੁਤ ਜ਼ਿੰਮੇਵਾਰੀ ਵਾਲਾ ਇਹ ਇੱਕ ਤੁਹਾਡੇ ਕੋਲ ਪੋਸਟ ਹੈ। ਡੀਸੀ ਸਾਹਿਬ, ਤੁਹਾਡੇ ਕੋਲ ਡਿਸਟ੍ਰਿਕਟ ਜਲੰਧਰ ਦੀਆਂ, ਜਲੰਧਰ ਵਿੱਚ ਵੱਸ ਜਿਹੜੇ ਲੋਕ ਨੇ ਜਾਂ NR ਲੋਕ ਨੇ, ਕਿਹੜੀ ਕਿਹੜੀ ਜ਼ਿੰਮੇਵਾਰੀਆਂ ਜਿਹੜੀਆਂ ਕਿ ਤੁਸੀਂ ਹੈਂਡਲ ਕਰ ਸਕਦੇ ਹੋ? ਬਹੁਤ ਸਾਰੇ ਨੇ ਜੀ, ਜਦੋਂ ਮੈਂ ਜੁਆਇਨ ਕੀਤਾ ਉਦੋਂ ਵੀ ਬਹੁਤ ਸਾਰੇ NRI ਭੈਣਾਂ ਤੇ ਭਰਾਵਾਂ ਦੇ ਮੈਨੂੰ ਮੈਸੇਜਿਸ ਤੇ ਫੋਨ ਕਾਲਸ ਵੀ ਆਏ, ਤੇ ਉਸ ਤੋਂ ਬਾਅਦ ਇਹਦੇ ਜ਼ਿਹਨ ਚ ਵੀ ਸੀਗਾ ਤੇ ਮੈਂ ਪਹਿਲਾਂ ਵੀ ਜਾਂਦਾ ਰਿਹਾ। ਇਸ ਤੋਂ ਪਹਿਲਾਂ ਵੀ ਮੈਂ ADC ਬਤੌਰ ਜਲੰਧਰ ਚ ਰਿਹਾ, ਤੇ ਬੜੀਆਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ NRI ਦੀਆਂ, ਉਹਨਾਂ ਤੋਂ ਮੈਂ ਜਾਣੂ ਹਾਂ। ਤੇ ਜਲਦ ਹੀ ਅਸੀਂ ਅਗਲੇ ਹਫ਼ਤੇ ਲਾਂਚ ਕਰਨ ਜਾ ਰਹੇ ਹਾਂ ਇੱਕ NRI ਵੀਰਾਂ ਲਈ ਇੱਕ ਹੈਲਪਲਾਈਨ, ਜਿਹਦੇ ਜ਼ਰੀਏ ਉਹ ਬੇਸਿਕਲੀ ਆਪਣੇ ਕੋਈ ਵੀ ਮੁੱਦੇ ਹੋਣਗੇ ਵਟਸਐਪ ਦੇ ਥਰੂ ਸਾਨੂੰ ਮੈਸੇਜਿਸ ਦੇ ਥਰੂ ਜਾਣੂ ਕਰਵਾ ਸਕਦੇ ਆ। ਉਸ ਤੋਂ ਬਾਅਦ ਜ਼ੂਮ ਮੀਟਿੰਗਸ ਦੇ ਥਰੂ ਵੀ ਮੈਂ 1-to-1 ਫੇਸ ਟੂ ਫੇਸ ਹੋਵਾਂਗਾ ਬਹੁਤ ਸਾਰੇ NRI ਵੀਰਾਂ ਨਾਲ, ਜਿੱਦਾਂ ਹੀ ਮੌਕਾ ਮਿਲੇਗਾ, ਕਿਉਂਕਿ ਇੰਡੀਅਨ ਜਿਹੜਾ ਸਟੈਂਡਰਡ ਟਾਈਮ ਹੈ ਤੇ ਕੈਨੇਡਾ ਜਾਂ ਬਾਕੀ ਮੁਲਕਾਂ ਦੇ ਟਾਈਮ ਦੇ ਵਿੱਚ ਥੋੜਾ ਫਰਕ ਹੈ, ਉਹਦੇ ਅਕੋਰਡਿੰਗਲੀ ਜਿੱਦਾਂ ਵਰਕਆਊਟ ਹੋ ਪਾਊਗਾ ਆਪਾਂ ਉਹ ਜ਼ੂਮ ਮੀਟਿੰਗਸ ਵੀ ਜਲਦ ਹੀ ਜਿਹੜੇ ਸਾਡੇ ਭੈਣ ਭਰਾ ਬਾਹਰ ਵੱਸਦੇ ਨੇ ਉਹਨਾਂ ਨਾਲ ਕਰਾਂਗੇ, ਤੇ ਉਹਨਾਂ ਦੀ ਇੱਥੇ ਮੁਸ਼ਕਲਾਂ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੀ ਜਾਵੇ ਡੀ ਸਾਹਿਬ, NRI ਲੋਕ ਬਹੁਤ ਡਰਦੇ ਨੇ ਪੰਜਾਬ ਆਉਣ ਤੋਂ, ਪੰਜਾਬ ਤੋਂ ਉਹਨਾਂ ਦੀਆਂ ਜ਼ਮੀਨਾਂ ਤੇ ਘਰਾਂ ਤੇ ਰਿਸ਼ਤੇਦਾਰਾਂ ਦਾ ਜਾਂ ਰਾਖੀ ਕਰਨ ਵਾਲਿਆਂ ਦਿੱਤੀਆਂ ਜਾਂਦੀਆਂ ਨੇ, ਜਿਵੇਂ ਇਹਨਾਂ ਦੇ ਘਰ ਖਾਲੀ ਨਹੀਂ ਕਰਦੇ ਜਦੋਂ ਪੰਜਾਬ ਆਉਂਦੇ ਨੇ। ਪੁਲਿਸ ਦਾ ਕਈ ਵਾਰੀ ਉਹਨਾਂ ਨੂੰ ਡਰ ਲੱਗਦਾ ਕਿ ਕਿਤੇ ਸਾਡੇ ਤੱਕ ਪਰਚਾ ਨਾ ਕਰ ਦੇ, ਔਰ ਕਬਜ਼ਾਧਾਰੀ ਜਾਂ ਪਰਚਾ ਕਰਾ ਦਿੰਦੇ ਨੇ। ਸੋ ਇਹ ਸਾਰਾ ਕੁਛ ਲੋਕ ਜਿਹੜੇ ਨੇ ਮਤਲਬ ਇੰਨੇ ਡਰੇ ਹੋਏ ਨੇ, ਔਰ ਜਿਸ ਕਰਕੇ ਕਈ ਵਾਰੀ ਜਿਹੜੀ ਨਵੀਂ ਜਨਰੇਸ਼ਨ ਤਾਂ ਉਹ ਆਉਣਾ ਪਸੰਦ ਨਹੀਂ ਕਰਦੀ। ਸਾਡਾ ਜਿਹੜਾ ਫਰਜ਼ ਬਣਦਾ ਮੀਡੀਆ ਦਾ, ਉਹ ਅਸੀਂ ਪੂਰਾ ਨਿਭਾ ਰਹੇ ਹਾਂ।
ਤੇ ਲੋਕਾਂ ਦੱਸਣਾ ਚਾਹੁੰਦੇ ਕਿ ਇਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਡੀਸੀ ਜਿਹੜਾ ਹੈ ਉਹ ਆਪਣੀ ਪੋਸਟ 'ਤੇ ਆ, ਪਰ ਤੁਹਾਡੇ 'ਤੇ ਬੜਾ ਮਾਣ ਹੈ, ਬੜੀਆਂ ਆਸਾਂ ਨੇ, ਅਤੇ ਜਦੋਂ ਤੁਸੀਂ ਪੋਸਟ 'ਤੇ ਆਇਓ ਤਾਂ ਸਾਡੇ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਕਿ ਬਸ ਸਾਹਿਬ ਕਿ ਸਾਡੀ ਮੁਸ਼ਕਲ ਜਿਹੜੀ ਹੱਲ ਹੋ ਸਕਦੀ ਹੈ। ਕੱਲ੍ਹ ਵੀ ਉਹਨੂੰ ਇੱਕ ਪਰਿਵਾਰ ਦਾ ਫੋਨ ਆਇਆ ਜਿਹੜੇ ਜਲੰਧਰ ਦੇ ਵਿੱਚ ਹੀ ਰਹਿੰਦੇ ਨੇ ਅਤੇ ਜਿਨ੍ਹਾਂ ਨੇ ਕੋਠੀਆਂ ਦੋ ਨੱਪੇ ਹੋਈਆਂ ਨੂੰ 6 ਸਾਲ ਹੋ ਗਏ ਡੀਸੀ ਸਾਹਿਬ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹ 80 ਸਾਲ ਦਾ ਬਜ਼ੁਰਗ ਕਪਲ ਹੈ, ਉਹਨਾਂ ਦਾ ਇੱਕ ਬੱਚਾ ਸੀ, ਉਹ ਡੈਥ ਹੋ ਗਈ ਆ, ਉਹ ਪੰਜਾਬ ਜਾ ਨਹੀਂ ਸਕਦੇ, ਜੇ ਜਾਣਾ ਚਾਹੁੰਦੇ ਆ ਤਾਂ ਉਹ ਡਰਦੇ ਮਾਰੇ ਆ ਨਹੀਂ ਰਹੇ। ਸੋ ਇਹੋ ਜਿਹੇ ਪਰਿਵਾਰਾਂ ਨੂੰ, ਇਹੋ ਜਿਹੀਆਂ ਮੁਸ਼ਕਲਾਂ ਵਿੱਚ ਘਿਰੇ ਹੋਏ ਲੋਕਾਂ ਨੂੰ ਪੂਰੀ ਆਸ ਹੈ ਤੁਹਾਡੇ 'ਤੇ। ਸੋ ਜਿਹੜੀ ਹੈਲਪਲਾਈਨ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ, ਸੋ ਇਹ ਹੈਲਪਲਾਈਨ ਦੇ ਵਿੱਚ ਜਿਹਨਾਂ ਲੋਕਾਂ ਦੀਆਂ ਪ੍ਰੋਪਰਟੀ ਹੋਲਡ ਕੀਤੀਆਂ ਨੇ ਜਾਂ ਫਿਰ ਕਈ ਵਾਰ ਲੋਕਾਂ ਨੇ ਇੱਕ ਦੂਜੇ ਪੈਸੇ ਲਏ ਹੋਏ ਨੇ ਜਿਹੜਾ ਕਿ ਜਾਂ ਫਿਰ ਇੱਥੇ ਫਰੋਡ ਮੈਰਿਜਸ ਨੇ, ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤਾਂ ਕਿ ਲੋਕ ਜਿਹੜੇ ਨੇ ਤੁਹਾਡੇ ਨਾਲ ਸਿੱਧਾ ਤਾਲਮੇਲ ਕਰਨ ਲਈ ਕਿਹੜਾ ਨੰਬਰ ਇਸਤੇਮਾਲ ਕਰਨ, ਈਮੇਲ ਕਰਨ, ਭਾਵੇਂ ਤੁਸੀਂ ਹੈਲਪਲਾਈਨ ਸ਼ੁਰੂ ਕਰਨੀ ਹੈ, ਈਮੇਲ ਵੱਖਰੀ ਸੈਟਅਪ ਕਰਨੀ ਆ, ਪਰ ਫਿਰ ਵੀ ਮੇਨ ਜਿਹੜਾ ਆ ਫੋਕਸ ਤੁਹਾਡਾ ਜਲੰਧਰ ਦੀਆਂ ਮੇਨ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਂਝੀਆਂ ਕਰੋਗੇ ਥੋੜ੍ਹੀਆਂ ਜਿਹੜੀ ਕਿ ਤੁਸੀਂ ਫੇਸ ਕਰ ਰਹੇ ਹੋ, ਜਿਹਨਾਂ ਨੂੰ ਨਿਪਟਾਉਣ ਦੇ ਵਿੱਚ ਸਮਾਂ ਲੱਗੇ। ਕੋਈ ਵੀ ਕੰਮ ਹੈ ਉਹਨੂੰ ਸਮਾਂ ਚਾਹੀਦਾ, ਜਿੰਨੀ ਮਰਜ਼ੀ ਜਲਦੀ ਵਿੱਚ ਹੋਵੇ ਪਰ ਜਲਦੀ ਵਾਸਤੇ ਵੀ ਵਕਤ ਦੀ ਲੋੜ ਹੈ। ਕੀ ਕਹਿਣਾ ਚਾਹੁੰਦੇ, ਕਿਹੜੀਆਂ ਐਸੀਆਂ ਸਮੱਸਿਆ ਨੇ ਜਿਹਨਾਂ ਦੇ ਨਾਲ ਤੁਸੀਂ ਆਪ ਫੇਸ ਕਰ ਰਹੇ ਹੋ? ਦੇਖੋ ਜੀ, ਬਹੁਤ ਸਾਰਾ ਫਰਕ ਹੈ ਜੇ ਆਪਾਂ ਦੋਵੇਂ ਮੁਲਕਾਂ ਦੀ ਗੱਲ ਕਰੀਏ। ਪਬਲਿਕ ਸਰਵਿਸ ਡਿਲੀਵਰੀ ਜਿਹੜੀ ਹੈ, ਜਿਸ ਜਿਹੜੇ ਮੁਲਕਾਂ ਦੇ ਵਿੱਚ ਅੱਜ NRIs ਵੀਰ ਸਾਡੇ ਬੈਠੇ ਨੇ, ਉੱਥੇ ਬਹੁਤ ਬਿਹਤਰ ਹੈ। ਸੋ ਇੱਕ ਤਾਂ ਸਭ ਤੋਂ ਮੁੱਢਲਾ ਜਿਹੜਾ ਮੇਰਾ ਫੋਕਸ ਹੈ ਉਹ ਹੈਗਾ ਕਿ NRIs ਜਿੱਦਾਂ ਫੇਸ ਕਰਦੇ ਨੇ, ਇੱਥੇ ਬਹੁਤ ਸਾਰੇ ਇਸ਼ੂਜ਼ ਆਉਂਦੇ ਨੇ, ਜਿੱਦਾਂ ਤੁਸੀਂ ਦੱਸਿਆ ਕਿ ਕੋਈ ਪ੍ਰੋਪਰਟੀ ਰਿਲੇਟਡ ਡਿਸਪਿਊਟਸ ਨੇ, ਕੋਈ ਫਰੋਡ ਮੈਰਿਜਿਸ ਹੈ, ਉਹਦੇ 'ਤੇ ਅਸੀਂ ਵਰਕਆਊਟ ਕਰ ਰਹੇ ਹਾਂ। ਜਲੰਧਰ ਇੱਕ ਇੱਦਾਂ ਦਾ ਸ਼ਹਿਰ ਹੈ ਜਿਹੜਾ ਕਿ ਦੁਆਬੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੀ ਇੱਥੋਂ ਬਹੁਤ ਸਾਰੇ ਲੋਕ ਬਾਹਰ ਗਏ ਹੋਏ ਨੇ, ਆਇਲਸ ਦੇ ਇੰਸਟੀਟਿਊਟ ਤੇ ਉਸ ਤੋਂ ਇਲਾਵਾ ਜਿੰਨੇ ਵੀ ਇਮੀਗ੍ਰੇਸ਼ਨ ਫਾਰਮ ਨੇ ਉਹਨਾਂ ਦੀ ਸਪੈਸ਼ਲ ਅਸੀਂ ਇੱਕ ਚੈਕਿੰਗ ਡਰਾਈਵ ਸ਼ੁਰੂ ਕਰਵਾਈ ਹੈ। ਪਿਛਲੇ ਹਫ਼ਤੇ ਇੱਕ ਕੋਈ ਫਰਜ਼ੀ ਫਰਮ ਚਲਾ ਰਿਹਾ ਸੀਗਾ, ਉਹ ਅਸੀਂ ਬੰਦ ਕੀਤਾ ਤੇ ਤਕਰੀਬਨ 550 ਪਾਸਪੋਰਟ ਉੱਥੋਂ ਜ਼ਬਤ ਕੀਤੇ ਗਏ, ਤੇ ਉਹਨਾਂ ਨਾਲ ਵੀ ਅਸੀਂ ਮੀਟਿੰਗਸ ਕਰਕੇ ਜਿਹੜੇ ਸਟੂਡੈਂਟਸ ਬਾਹਰ ਜਾ ਰਹੇ ਨੇ ਉਹਨਾਂ ਦੇ ਵੀ ਪ੍ਰੋਪਰ ਕਾਉਂਸਲਿੰਗ ਕਰਨਾ ਕਿ ਜੇ ਤੁਸੀਂ ਜਾਣਾ ਵੀ ਹੈ ਤਾਂ ਕਿਸ ਤਰੀਕੇ ਨਾਲ ਜਾ ਸਕਦੇ ਹੋ, ਜਿਹੜੇ ਸਾਡੇ ਕੋਲ ਲਾਇਸੈਂਸ ਸ਼ੁਦਾ ਕੋਈ ਇੱਥੋਂ ਇਮੀਗ੍ਰੇਸ਼ਨ ਫਾਰਮ ਬਣੀਆਂ ਹੋਈਆਂ ਨੇ ਉਹਨਾਂ ਦੇ ਥਰੂ ਜਾਓ। ਪਲੱਸ ਪਬਲਿਕ ਸਰਵਿਸ ਡਿਲੀਵਰੀ, ਜਿਹੜੇ ਲੋਕ ਇੱਥੇ ਰਹਿ ਰਹੇ ਨੇ, ਜਿਹੜੇ ਜਲੰਧਰ ਦੇ ਬਸ਼ਿੰਦੇ ਨੇ ਹੁਣ ਇੱਥੇ ਨੇ, ਉਹਨਾਂ ਲਈ ਪਬਲਿਕ ਸਰਵਿਸ ਡਿਲੀਵਰੀ ਦੇ ਉੱਤੇ ਮੇਰਾ ਟਾਰਗੇਟ ਹੈ ਕਿ ਪਬਲਿਕ ਸਰਵਿਸ ਡਿਲੀਵਰੀ ਜਿਹੜੀ ਹੈ ਉਹ ਹੋਰ ਬਿਹਤਰ ਬਣਾਈ ਜਾਵੇ ਤੇ ਟ੍ਰਾਂਸਪੇਰੈਂਟ ਜਿਹੜਾ ਗਵਰਨਮੈਂਟ ਸਿਸਟਮ ਹੈ ਉਹ ਇਹਨਾਂ ਨੂੰ ਉਹਦੀ ਝਲਕ ਜਿਹੜੀ ਹੈ ਉਹ ਸਾਡੀ ਵਰਕਿੰਗ ਦੇ ਵਿੱਚ ਦਿਖੇ। ਹੁਣ ਮੈਂ ਉਲਟ ਗੱਲ ਕਰਨੀ ਚਾਹਾਂਗੀ, ਜਿਹੜੀ ਅੱਜ ਕਿਸੇ ਮੀਡੀਆ ਨੇ ਤੁਹਾਡੇ ਨਾਲ ਸਵਾਲ ਨਹੀਂ ਕੀਤਾ, ਹੁਣ ਮੇਰੇ ਕੋਲ ਸ਼ਾਇਦ ਉਹਨਾਂ ਕੋਲ ਜਹਨ ਦੇ ਵਿੱਚ ਨਾ ਹੋਵੇ, ਕਿਉਂਕਿ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਕੰਮ ਆਉਂਦਾ, ਮੈਨੂੰ 40 ਸਾਲ ਹੋ ਗਏ ਇਸ ਫੀਲਡ ਵਿੱਚ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਦੁਨੀਆਂ ਵਿੱਚ ਹੀ ਜਿਹੜੀ ਕਿ ਕਰਪਸ਼ਨ ਹੈ ਉਹਨੂੰ ਖਤਮ ਕਰਨ ਦੇ ਵਿੱਚ ਬੜਾ ਜ਼ੋਰ ਲਾ ਰਿਹਾ, ਜੋਸ਼ ਖਰੋਸ਼ ਨਾਲ ਕੰਮ ਕਰ ਰਹੀਆਂ ਹਰ ਸਰਕਾਰਾਂ, ਨਾ ਕਿ ਪੰਜਾਬ ਜਾਂ ਫਿਰ ਕਿਸੇ ਵੀ ਸਾਡੇ ਹਿੰਦੁਸਤਾਨ ਦੇ ਹੋਰ ਸੂਬੇ ਵਿੱਚ, ਸਾਡੇ ਕੈਨੇਡਾ ਵਿੱਚ ਵੀ ਕਰਪਸ਼ਨ ਹੈ, ਪੋਲੀਟੀਸ਼ੀਅਨ ਕਰਪਟ ਨੇ, ਜੇਲ੍ਹ ਗਏ ਹੋਏ ਨੇ, ਸਾਡੇ ਪੰਜਾਬੀ MP ਵੀ ਜਿਹੜੇ ਨੇ ਕਰਪਟ ਨੇ, ਕੁਛ ਜਿਹੜੇ ਕਿ ਉਹਨਾਂ ਨੂੰ ਹੱਥ ਧੋਣੇ ਪਏ ਨੇ ਸਿਆਸਤ ਵਿੱਚੋਂ। ਸੋ ਮੇਰਾ ਸਵਾਲ ਹੈ ਕਿ ਸਾਡੇ ਵੀ ਕੁਛ ਲੋਕ ਜਾ ਕੇ ਪੰਜਾਬ ਵਿੱਚ ਜਾ ਕੇ, ਪੰਜਾਬ ਦੇ ਵੱਖ ਵੱਖ ਹਿੱਸੇ ਤੋਂ ਆਏ ਹੋਏ ਲੋਕ ਜਾਂ ਹਿੰਦੁਸਤਾਨ ਦੇ ਆਏ ਹੋਏ ਲੋਕ ਉੱਥੇ ਜਾ ਕੇ ਕਾਨੂੰਨ ਦੀ ਧੱਜੀਆਂ ਉਡਾਉਂਦੇ ਨੇ, ਉਹਨਾਂ ਵਾਸਤੇ ਵੀ ਕਾਨੂੰਨ ਜਿਹੜਾ ਸੇਮ ਹੈ? ਅਸੀਂ ਇਹ ਨਹੀਂ ਕਹੀਏ ਕਿ ਪੰਜਾਬ ਵਿੱਚ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ, ਪਰ ਸਾਡੇ ਵੀ ਇੱਥੋਂ ਜਾ ਕੇ ਲੋਕ ਕਾਨੂੰਨ ਆਪਣੇ ਹੱਥ ਵਿੱਚ ਲੈਂਦੇ ਨੇ, ਟ੍ਰੈਫਿਕ ਲਾਈਟਾਂ 'ਤੇ ਪ੍ਰੋਪਰ ਰੁਕਣਾ ਉਹ ਮੁਨਾਸਬ ਨਹੀਂ ਸਮਝਦੇ, ਜਿੱਥੇ ਆਇਆ ਗੱਡੀ ਰੋਕ ਕੇ ਸ਼ਰਾਬ ਪੀਣ ਲੱਗ ਪੈਂਦੇ ਨੇ। ਸੋ ਗੁਆਂਢੀਆਂ ਦੇ ਨਾਲ ਖੱਜਲ ਖੁਆਰੀ ਆਪ ਹੁੰਦੇ ਨੇ, ਦੂਜਿਆਂ ਨੂੰ ਵੀ ਕਰਦੇ ਨੇ, ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਨੇ। ਡੀ ਸਾਹਿਬ, ਉਹਨਾਂ ਵਾਸਤੇ ਵੀ ਅਸੀਂ ਇਹ ਸੰਦੇਸ਼ ਤੁਹਾਡੇ ਤੋਂ ਲੈਣਾ ਚਾਹਾਂਗੇ ਕਿ ਕਾਨੂੰਨ ਚਾਹੇ NRI ਹੈ, ਚਾਹੇ ਫਿਰ ਪੰਜਾਬ ਦੇ ਵਿੱਚ ਵਸਦਾ ਹੈ, ਚਾਹੇ ਗਰੀਬ ਹੈ, ਅਮੀਰ ਹੈ, ਸਾਰਿਆਂ ਵਾਸਤੇ DC ਸਾਹਿਬ ਦੀ ਸਰਵਿਸ ਜਿਹੜੀ ਹੈ ਇੱਕੋ ਜਿਹੀ ਹੈ, ਉਹਨਾਂ ਨੂੰ ਵੀ ਥੋੜ੍ਹੀ ਜਿਹੀ ਅਲਰਟ ਕਰਨਾ ਚਾਹੁੰਦੇ ਹਾਂ, ਕਿਉਂਕਿ ਇੱਥੇ ਇਸ ਜ਼ਿਲ੍ਹੇ ਤੋਂ ਹੀ ਕੁਝ ਸਾਲ ਪਹਿਲਾਂ ਕੜਾਹੀਆਂ ਦੇ ਵਿੱਚ ਡਰੱਗ ਲਿਆਂਦੀ ਗਈ, ਜਿਹੜਾ ਕਿ ਮਾਮਲਾ ਪੁਲਿਸ ਨਾਲ ਰਿਲੇਟਡ ਹੈ।
ਪਰ ਤੁਹਾਡੀ ਜਾਣਕਾਰੀ ਲਿਆਉਣਾ ਚਾਹੁੰਦਾ ਹੈ ਕਿ ਸਾਡੇ ਲੋਕ ਵੀ ਇੰਡੀਆ ਆਣ ਕੇ ਦੂਜੇ ਲੋਕਾਂ ਦੀ ਜ਼ਮੀਨਾਂ ਨੂੰ ਨੱਪ ਲੈਂਦੇ ਨੇ ਜਾਂ ਫਿਰ ਫਰਜ਼ੀ ਡਾਕੂਮੈਂਟ ਕੈਨੇਡਾ ਵਿੱਚੋਂ ਤਿਆਰ ਕਰਾ ਕੇ ਆਪਣੇ ਨਾਂ 'ਤੇ ਜ਼ਮੀਨਾਂ ਲਵਾ ਲੈਂਦੇ ਅਤੇ ਵੇਚ ਕੇ ਭੱਜ ਜਾਂਦੇ ਨੇ। ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਕਿਹੜੀ ਸਖਤੀ ਤੁਸੀਂ ਵਰਤੋਂਗੇ, ਕਿਹੜਾ ਐਸਾ ਪੈਮਾਨਾ ਆ ਜਿਹੜਾ ਕਿ ਅਸੀਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਭਾਈ ਡੀਸੀ ਸਾਹਿਬ ਜਿਹੜੇ ਆ ਉਹ ਸਾਰਿਆਂ ਵਾਸਤੇ ਇੱਕੋ ਜਿਹੇ ਦੇਖਿਆ ਜਾਵੇ ਕਿ ਆਪਣੇ ਦਫ਼ਤਰ ਦੇ ਵਿੱਚ ਵੈਲਕਮ ਕਰਦੇ ਨੇ ਅਤੇ ਇੱਕੋ ਜਿਹੇ ਬਿਹੇਵ ਦੇ ਨਾਲ ਹਰ ਇੱਕ ਨੂੰ ਵੈਲਕਮ ਦੇ ਨਾਲ ਨਾਲ ਉਹਨਾਂ ਨੂੰ ਇਨਸਾਫ਼ ਦਿੰਦੇ ਨੇ। ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਦੇਖੋ ਕਾਨੂੰਨ ਜਿਹੜਾ ਉਹ ਸਾਰਿਆਂ ਲਈ ਸੇਮ ਹੈ, ਚਾਹੇ ਉਹ ਇੱਥੇ ਜਲੰਧਰ ਦੇ ਵਾਸੀ ਨੇ, ਪੰਜਾਬ ਦੇ ਵਾਸੀ ਨੇ ਜਾਂ ਬਾਹਰੋਂ ਕੋਈ ਇੱਥੇ ਆ ਰਿਹਾ, ਤੇ ਕੋਈ ਵੀ ਇੱਦਾਂ ਦੀ ਘਟਨਾ ਸਾਡੇ ਧਿਆਨ 'ਚ ਆਊਗੀ ਤਾਂ ਕਮਿਸ਼ਨਰ ਆਫ ਪੁਲਿਸ ਨੇ, SSP ਰੂਰਲ ਨੇ, ਉਹਨਾਂ ਨਾਲ ਮੈਂ ਆਪ ਰਾਬਤਾ ਕਾਇਮ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਇੱਥੇ ਕਰਾਂਗੇ। ਜੀ ਡੀ ਸਾਹਿਬ, ਹੈਲਪਲਾਈਨ ਕਦੋਂ ਆ ਸਕੀ, ਕਦੋਂ ਲਾਂਚ ਕਰਨ ਜਾ ਰਹੇ ਆਪ ਜੀ? ਅਸੀਂ ਜੀ ਅਗਲੇ ਹਫ਼ਤੇ ਲਾਂਚ ਕਰਨ ਜਾ ਰਹੇ ਹਾਂ, ਕੁਛ ਇੱਕ ਮੋਡੈਲਿਟੀਜ਼ ਨੇ, ਟਾਈਮ ਫਰੇਮ ਅਸੀਂ ਸੈੱਟ ਕੀਤਾ ਹੋਇਆ, ਤੇ ਜਦੋਂ ਵੀ ਲਾਂਚ ਕਰਾਂਗੇ ਦੁਬਾਰਾ ਤੋਂ ਸ਼ੋਅ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਲੋਕਾਂ ਦੇ, ਤੇ ਇਸ ਹੈਲਪਲਾਈਨ ਨੂੰ ਮੈਂ ਚਾਹਾਂਗਾ ਕਿ ਤੁਸੀਂ ਜਿਹੜੇ ਸਾਡੇ ਕੈਨੇਡਾ ਤੇ ਬਾਕੀ ਜਿੰਨੇ ਮੁਲਕਾਂ ਦੇ ਵਿੱਚ ਪੰਜਾਬੀ ਵਸਦੇ ਨੇ ਉਹਨਾਂ ਦੇ ਥਰੂ ਇਹ ਤੁਹਾਡੇ ਥਰੂ ਇਹ ਜਿਹੜੀ ਹੈਲਪਲਾਈਨ ਹੈ ਉਹਨਾਂ ਥਾਈਂ ਪਹੁੰਚੇ ਤੇ ਆਪਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰੀਏ। ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਆ, ਪੰਜਾਬ ਦੇ ਨਾਲ ਆ, ਪੰਜਾਬ ਦੀ ਹਮੇਸ਼ਾ ਹੀ ਸਾਨੂੰ ਖੁਸ਼ੀ ਵਾਲੀ ਖਬਰ ਆਉਂਦੀ ਰਹੇ। ਡੀ ਸਾਹਿਬ, ਇੱਕ ਹੋਰ ਸਵਾਲ, ਜਿਹੜੇ ਲੋਕ ਬਾਹਰ ਬੈਠੇ ਨੇ ਆਪਣੀ ਜ਼ਮੀਨ ਨੂੰ ਆਨਲਾਈਨ ਚੈੱਕ ਕਰਨਾ ਚਾਹੁੰਦੇ ਨੇ, ਇਹ ਸਿਸਟਮ ਪ੍ਰੋਪਰ ਫੰਕਸ਼ਨ ਵਿੱਚ ਹੈ, ਜ਼ਮੀਨ ਲੋਕ ਵੇਖ ਸਕਦੇ ਨੇ, ਫਰਜ਼ ਕਿਵੇਂ ਆਪਣੇ ਆਪ ਕੰਪਿਊਟਰਾਈਜ਼ ਰਾਹੀਂ ਲੈ ਸਕਦੇ ਨੇ ਲੋਕ, ਕਿਉਂਕਿ ਖੱਜਲ ਖੁਆਰੀ ਜਿਹੜੀ ਆ ਪ੍ਰਵਾਹ ਹੋ ਰਹੀ ਹੈ? ਬਿਲਕੁਲ ਜੀ, ਪੰਜਾਬ ਸਰਕਾਰ ਨੇ ਪੋਰਟਲ ਲਾਂਚ ਕੀਤਾ ਹੋਇਆ, ਤੁਸੀਂ ਫਰਜ਼ ਦੀ ਜਿਹੜੀ ਆਪਦੀ ਕਾਪੀ ਹੈ ਆਪਣੇ ਕਿਤੋਂ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜਾ ਕੇ ਇੰਟਰਨੈਟ ਦੇ ਥਰੂ ਉਹਨੂੰ ਐਕਸੈਸ ਕਰ ਸਕਦੇ ਹੋ। ਮਿਹਰਬਾਨੀ ਡੀ ਸਾਹਿਬ, ਜਦੋਂ ਵੀ ਲਾਂਚ ਹੋਈ ਤਾਂ ਅਸੀਂ ਬੜੀ ਖੁਸ਼ੀ ਦੇ ਨਾਲ ਆਇਆ ਹੋਇਆ ਮੈਸੇਜ ਆਪ ਜੀ ਦਾ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਕਿ ਅਸੀਂ ਪੰਜਾਬ ਦਾ ਸਾਡਾ ਜੰਪਲ ਹੈ, ਅਸੀਂ ਪੰਜਾਬ ਤੋਂ ਹਮੇਸ਼ਾ ਹੀ ਇੱਕ ਚੰਗੀ ਹਵਾ ਦੇ ਬੁੱਲੇ ਦੀ ਅੜੀਕ ਵਿੱਚ ਰਹਿੰਦੇ ਹਾਂ। ਬੜੀ ਮਿਹਰਬਾਨੀ ਡੀ ਸਾਹਿਬ, ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਇਨਸਾਫ਼ ਕੀਤਾ ਹੈ, ਜਲੰਧਰ ਦੇ ਲੋਕਾਂ ਵਾਸਤੇ ਇੱਕ DC ਐਸਾ ਲੈ ਕੇ ਆਉਂਦਾ ਜੋ ਕਿ ਪਹਿਲਾਂ ਹੀ ਆਲਰੇਡੀ ਇਸ ਇਲਾਕੇ ਦੇ ਵਿੱਚ ਭਲੀਭਾਤ ਜਾਣੂ ਰਹੇ ਹੋ ਤੁਸੀਂ, ਤਾਂ ਉਹ ਮੁਸ਼ਕਲਾਂ ਦਾ ਹੱਲ ਕਰਨਾ ਤੁਹਾਡੇ ਵਾਸਤੇ ਬੜਾ ਆਸਾਨ ਹੈ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਇੱਕ ਵਾਰ ਫਿਰ ਅਸੀਂ ਤੁਹਾਡੇ ਆਉਣ ਵਾਲੇ ਸਮੇਂ ਦੀ ਬਹੁਤ ਬਹੁਤ ਮੁਬਾਰਕਬਾਦ ਦੇ ਰਹੇ ਹਾਂ। ਅੱਗੇ ਲੈ ਰਹੇ ਆਪ ਜੀ ਤੁਹਾਡੀ ਸਾਹਿਬ, ਬੜੀ ਮਿਹਰਬਾਨੀ, ਸਮਾਂ ਦੇਣ ਲਈ ਸ਼ੁਕਰੀਆ। ਧੰਨਵਾਦ ਜੀ।